ਆਪਾਂ ਸਰਦੀਆਂ ਦੇ ਵਿੱਚ ਰਾਏ ਚੁੱਬੜਾਂ ਦੀ ਚਟਨੀ ਬਣਾਉਣ ਲੱਗੇ ਹਾਂ ਜੀ। ਅਤੇ ਚੁੱਬੜਾਂ ਨੂੰ ਆਪਾਂ ਧੋ ਲਿਆ ਅਤੇ ਹੁਣ ਆਪਾਂ ਛਿਲ ਕੇ ਕੱਟ ਲੈਂਦੇ ਹਾਂ। ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਅਤੇ ਲਾਈਕ ਅਤੇ ਸ਼ੇਅਰ ਵੀ ਕਰਿਓ। ਅਤੇ ਹੁਣ ਆਪਾਂ ਇਹਨਾਂ ਨੂੰ ਛਿਲ ਲਿਆ ਚੁੱਬੜਾਂ ਨੂੰ ਅਤੇ ਆਪਾਂ ਹੁਣ ਕੁੰਡੇ ਦੇ ਵਿੱਚ ਪਾ ਲੈਂਦੇ ਹਾਂ ਲਾਲ ਮਿਰਚਾਂ ਸਾਬਤੀਆਂ ਅਤੇ ਇਹਨਾਂ ਨੂੰ ਆਪਾਂ ਹੁਣ ਕੁੱਟਦੇ ਹਾਂ ਅਤੇ ਬਰੀਕ ਕਰ ਲੈਂਦੇ ਹਾਂ। ਵਿੱਚ ਆਪਾਂ ਹੁਣ ਪਾ ਦਿੰਦੇ ਹਾਂ ਇੱਕ ਚਮਚਾ ਨਮਕ ਦਾ ਅਤੇ ਆਪਾਂ ਹੋਰ ਹੁਣ ਇਹਨੂੰ ਮਿਕਸ ਕਰਦੇ ਹਾਂ ਨਮਕ ਨੂੰ ਅਤੇ ਮਿਰਚਾਂ ਨੂੰ ਅਤੇ ਨਮਕ ਨਾਲ ਮਿਰਚਾਂ ਦੇ ਬੀਜ ਜਲਦੀ ਮਿਕਸ ਹੋ ਜਾਂਦੇ ਆ ਵੀਕ ਹੋ ਜਾਂਦੇ ਆ। ਇਹਦੇ ਵਿੱਚ ਆਪਾਂ ਹੁਣ ਪਾ ਲੈਂਦੇ ਹਾਂ ਜੀ ਪਿਆਜ਼ ਪਿਆਜ਼ ਪਾ ਕੇ ਇਹਨਾਂ ਨੂੰ ਵੀ ਆਪਾਂ ਵਿੱਚ ਕੁੱਟ ਕੇ ਮਿਕਸ ਕਰਾਂਗੇ। ਤੁਹਾਨੂੰ ਥੋੜ੍ਹੀ ਜਿਹੀ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਦੀ ਲੱਗੀ। ਅਤੇ ਜਿਹੜੇ ਸਾਡੇ ਚੈਨਲ ਨੂੰ ਦੇਖਦੇ ਆ ਬਹੁਤ ਬਹੁਤ ਧੰਨਵਾਦ। ਅਤੇ ਹੁਣ ਆਪਾਂ ਪਾ ਦਿਆਂ ਵਿੱਚ ਲਸਣ ਅਤੇ ਟਮਾਟਰ ਪਾ ਕੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਕੁੱਟ ਕੇ ਅਤੇ ਮਿਕਸ ਕਰ ਲੈਂਦੇ ਹਾਂ ਵਿੱਚ। ਜਿਹੜੇ ਨਵੇਂ ਆਏ ਆ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਚੈਨਲ ਨੂੰ। ਇਹਨਾਂ ਨੂੰ ਵੀ ਕੁੱਟ ਕੇ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਚੰਗੀ ਤਰ੍ਹਾਂ ਘੋਟ ਦਿਆਂਗੇ ਇਹਨੂੰ ਆਪਾਂ ਕੁੱਟ ਕੇ। ਅਤੇ ਹੁਣ ਆਪਣੇ ਬਾਹਰ ਹੋਵੇ ਨਾ ਇੰਨਾ ਪੰਗੇ ਲੈਣ ਦੀ ਲੈਟਰ ਦਾ ਲੋਟ ਹੀ ਨਹੀਂ ਵਧੀਆ ਇਹ ਮਿਲ ਚੁੱਕੇ ਆ ਮੈਂ ਵੇਖੀ ਬਾਹਰ ਕਲੀਅਰ ਨਹੀਂ ਆਪਾਂ ਬਾਹਰ ਲੈ ਜੀ ਬਾਹਰ ਲੈ ਆਪਾਂ ਨੂੰ ਇਹਨੂੰ ਲਾ ਕੇ ਘੋਟ ਦੀ ਘੋਟ ਤੇ ਚੰਗੀ ਤਰ੍ਹਾਂ ਹੁਣ ਆਪਾਂ ਘੋਟ ਨੇ ਹੋਰ ਆਪਾਂ ਇਹਨੂੰ ਲਾ ਦਿੰਦੇ ਹਾਂ ਥੋੜ੍ਹਾ ਜਿਹਾ ਅਤੇ ਬਹੁਤ ਵਧੀਆ ਇਹ ਆਪਣੀ ਚਟਨੀ ਬਣ ਕੇ ਬਹੁਤ ਟੇਸਟੀ ਤਿਆਰ ਹੋਈ ਹੈ ਜੀ।